ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਦਾ ਸਾਡਾ ਟੌਪਿਕ ਹੈਗਾ ਨਰਸਿੰਗ ਕੇਅਰ ਪਲਾਨ ਔਨ ਸੈਲੂਲਾਈਟਸ ਸੋ ਨਰਸਿੰਗ ਕੇਅਰ ਪਲਾਨ ਬਣਾਉਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਸੈਲੂਲਾਈਟਸ ਕੀ ਹੁੰਦਾ ਹੈ ਸੋ ਥੋੜੀ ਜੀ ਇੰਟਰੋਡਕਸ਼ਨ ਕਰ ਲੈਣੇ ਆ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇਕਰ ਵੀਡੀਓ ਚੰ ਸੋ ਸਟੂਡੈਂਟ ਦਾ ਕਮੈਂਟ ਆਇਆ ਸੀਗਾ ਕਿ ਸੈਲੂਲਾਈਟਸ ਦੇ ਉੱਪਰ ਲੈਬ ਇਨਵੈਸਟੀਗੇਸ਼ਨ ਐਂਡ ਐਨਸੀਪੀ ਪ੍ਰੋਵਾਈਡ ਕਰੋ ਸੋ ਮੈਂ ਨਰਸਿੰਗ ਡਾਇਗਨੋਸ ਐਂਡ ਲੈਬ ਇਨਵੈਸਟੀਗੇਸ਼ਨ ਪ੍ਰੋਵਾਈਡ ਕਰ ਰਹੀ ਹਾਂ ਸੋ ਜੋ ਹਿਸਟਰੀ ਕਲੈਕਸ਼ਨ ਵਗੈਰਾ ਹੁੰਦੀ ਹੈ ਆਪਣੀ ਹੈ ਨਾ ਫਿਜ਼ੀਕਲ ਐਗਜ਼ਾਮੀਨੇਸ਼ਨ ਹੁੰਦਾ ਜੋ ਮੇਰੇ ਅਦਰ ਵੀਡੀਓਜ਼ ਪ੍ਰੋਵਾਈਡ ਕਰੀਆਂ ਹੋਈਆਂ ਉਹ ਵਾਲਾ ਕੰਟੈਂਟ ਤੁਸੀਂ ਉਹਨਾਂ ਵਿੱਚੋਂ ਚੱਕ ਸਕਦੇ ਆ ਇਹ ਸੇਮ ਹੀ ਹੁੰਦਾ ਹੈ ਠੀਕ ਹੈ ਓਨਲੀ ਡਿਸੀਜ਼ ਕੰਡੀਸ਼ਨ ਦੇ ਅਕੋਰਡਿੰਗ ਆਪਾਂ ਬਸ ਨੇਮ ਉਹਨਾਂ ਦੇ ਸੇਮ ਹੁੰਦੇ ਆ ਬਸ ਜਿਹੜਾ ਵਿੱਚ ਆਪਾਂ ਕੰਟੈਂਟ ਭਰਦੇ ਹੈਗੇ ਹਣਾ ਜਿੱਦਾਂ ਕਿ ਸਵੇਲਿੰਗ ਪ੍ਰੈਜ਼ెంట్ ਹੈਗੀ ਆ ਜਾਂ ਨਹੀਂ ਪ੍ਰੈਜ਼ెంట్ ਹੈਗੀ ਉਹ ਤੁਸੀਂ ਬਸ ਸਿਰਫ ਚੇਂਜ ਕਰਨਾ ਆ ਤੁਸੀਂ ਕਿਹੜੀ ਵੀਡੀਓ ਦੇ ਵਿੱਚੋਂ ਚੱਕ ਸਕਦੇ ਆ ਵਧੀਆ ਉਹ ਮੈਂ ਤੁਹਾਨੂੰ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਦੂੰਗੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਸੋ ਤੁਸੀਂ ਜਰੂਰ ਚੈੱਕ ਆਊਟ ਕਰਿਓ ਨਾਉ ਸੈਲੂਲਾਈਟਸ ਕੀ ਹੁੰਦਾ ਆ ਸੈਲੂਲਾਈਟਿਸ ਇਜ਼ ਐਨ ਇਨਫਲੇਮੇਸ਼ਨ ਆਫ ਦਾ ਸਕਿਨ ਜਿਹੜੀ ਆਪਣੀ ਸਕਿਨ ਦੀ ਇਨਫਲੇਮੇਸ਼ਨ ਹੋ ਜਾਂਦੀ ਹੈ ਹਨਾ ਠੀਕ ਹੈ ਬੈਕਟੀਰੀਅਲ ਇਨਫੈਕਸ਼ਨ ਹੋ ਜਾਂਦੀ ਹੈ ਤੇ ਜਿਹਦੇ ਵਿੱਚ ਆਪਣੀ ਸਕਿਨ ਹੈਗੀ ਸਵੇਲਿੰਗ ਹੋ ਜਾਂਦੀ ਹੈ ਰੈਡਨੈਸ ਹੋ ਜਾਂਦੀ ਹੈ ਇਰੀਟੇਸ਼ਨ ਫੀਲ ਹੁੰਦੀ ਹੈ ਟੈਂਡਰਨੈਸ ਹੋ ਜਾਂਦੀ ਹੈ ਠੀਕ ਹੈ ਜਿੱਦਾਂ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਆ ਠੀਕ ਹੈ ਅਲਸਰ ਹੋ ਜਾਂਦਾ ਹੈ ਠੀਕ ਹੈ ਜੋ ਕਿ ਹੀਲ ਨਹੀਂ ਹੁੰਦਾ ਜਿੱਦਾਂ ਕਿ ਡਾਇਬੀਟਿਸ ਪੇਸ਼ੈਂਟ ਦੇ ਵਿੱਚ ਹੁੰਦਾ ਹੈ ਠੀਕ ਹੈ ਉਹ ਰੈਡ ਰੈਡ ਹੋ ਜਾਂਦੀ ਹੈ ਕੰਡੀਸ਼ਨ ਸੋ ਤੁਸੀਂ ਸਕਰੀਨ ਦੇ ਉੱਪਰ ਵੀ ਜੋ ਪਿਕ ਦੇਖ ਰਹੇ ਹੈਗੇ ਸੈਲੂਲਾਈਟਸ ਦੀ ਠੀਕ ਹੈ ਥਿਸ ਇਸ ਕਾਲਡ ਸੈਲੂਲਾਈਟਸ ਨਾਉ ਲੈਬ ਇਨਵੈਸਟੀਗੇਸ਼ਨ ਹੈਗੀ ਹੈ ਸੈਲੂਲਾਈਟਸ ਦੀ ਇਹਦੇ ਵਿੱਚ ਆਪਾਂ ਕਿਹੜੇ ਕਿਹੜੇ ਟੈਸਟ ਕਰਾਂਗੇ ਉਹਦਾ ਤਾਂ ਆਪਾਂ ਇਸ ਦੇ ਵਿੱਚ ਹਿਸਟਰੀ ਕਲੈਕਸ਼ਨ ਫਿਜ਼ੀਕਲ ਐਗਜ਼ਾਮੀਨੇਸ਼ਨ ਸਕਿਨ ਕਲਚਰ ਸਕਿਨ ਬਾਇਓਪਸੀ ਐਂਡ ਲਿਊਕੋਸਾਈਟੋਸਿਸ ਲਿਊਕੋਸਾਈਟਸ ਦਾ ਆਪਾਂ ਟੈਸਟ ਕਰਦੇ ਹਾਂ ESR CRP and diabetes mellitus ਦੀ ਵੀ ਇਸ ਵਿੱਚ ਟੈਸਟ ਕਰੇ ਜਾਂਦੀ ਠੀਕ ਹੈ ਸੋ ਮੇਨ ਟੈਸਟ ਜੋ ਹੈਗੇ ਇਸ ਵਿੱਚ ਜੋ ਮੈਂ ਲਿਖੇ ਹੋਏ ਠੀਕ ਹੈ ਰਫਲੀ ਮੈਂ ਨੋਟਸ ਤਿਆਰ ਕਰੇ ਆ HB ਠੀਕ ਹੈ ਜੋ ਕਿ ਇਹ ਮੈਂ ਆਪਣੇ ਅਕੋਰਡਿੰਗ ਲਿਖਿਆ ਹੈ ਠੀਕ ਹੈ ਜਿਹੜੇ ਪੇਸ਼ੈਂਟ ਦੀ ਉੱਪਰ ਤੁਸੀਂ ਜੋ ਵੀ ਕੇਅਰ ਪਲਾਨ ਹੈਗਾ ਜਾਂ ਕੇਸ ਸਟਡੀ ਹੈਗੀ ਇਹ ਬਣਾ ਰਹੇ ਆ ਸੋ ਤੁਸੀਂ ਉਸ ਪੇਸ਼ੈਂਟ ਦੀ ਫਾਈਲ ਦੇ ਅਕੋਰਡਿੰਗ ਇੱਥੇ ਭਰਨਾ ਹੈਗਾ ਸੋ ਮੈਂ ਫੋਰ ਐਗਜ਼ਾਮਪਲ ਲਿਖਿਆ ਹੈਗਾ पेशन वैल्यू भी जिदा कि पेसेंट एच बी भी लो होगा ठीक है आर बी सी भी घटन डबल यू बी सी वन गए क्योंकि बैक्टीरियल इनफेक्शन हुई है ठीक है प्लेटलैट भी घट जाएंगे ठीक है सो नॉर्मल वैल्यू मैं लिखी है तेरी मक्स मैं हुआ डिक्रीज ठीक uh, है इधर हैगा इधर भी आऊगा डिक्रीज़ आर बी सी भी डिक्रीज होगी डबल यू बी सी इनक्रीज एंड प्लेटलैट ऑलसो डिक्रीज़ ठीक है नैक्सट है साढ़े को नर्सिंग डायगनोज ਫਰਸਟ ਨਰਸਿੰਗ ਡਾਇਗਨੋਸ ਕੀਤਾ ਇਸ ਦੇ ਵਿੱਚ ਮੈਂ 8 ਨਰਸਿੰਗ ਡਾਇਗਨੋਸ ਬਣਾਏ ਹੈ ਜਿਨ੍ਹਾਂ ਦੇ ਵਿੱਚੋਂ ਆਪਾਂ 4 ਨਰਸਿੰਗ ਡਾਇਗਨੋਸ ਆਪਾਂ ਐਕਸਪਲੇਨ ਕਰਾਂਗੇ ਠੀਕ ਹੈ ਫਰਸਟ ਹੈਗਾ ਪੇਨ অর ਟੈਂਡਰਨੈਸ ਇਨ ਦਾ ਅਫੈਕਟਡ ਏਰੀਆ ਰਿਲੇਟਿਡ ਟੂ ਬੈਕਟੀਰੀਅਲ ਇਨਫੈਕਸ਼ਨ ਐਸ ਐਵਿਡੈਂਸ ਬਾਈ ਫਿਜ਼ੀਕਲ ਇਗਜ਼ਾਮੀਨੇਸ਼ਨ ਹਾਈਪਰਥਰਮੀਆ ਜਿਹਨੂੰ ਆਪਾਂ ਇਨਕਰੀਜ਼ਡ ਬੋਡੀ ਟੈਂਪਰੇਚਰ ਵੀ ਕਹਿ ਸਕਦੇ ਹਾਂ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਲਿਖ ਸਕਦੇ ਹੋ ਇਨਕਰੀਜ਼ਡ ਬੋਡੀ ਟੈਂਪਰੇਚਰ ਵੀ ਲਿਖ ਸਕਦੇ ਆ ਤੇ हाइपरथर्मिया भी लिख सकते ठीक है रिलटेड टू डबल्यू बी सी इनक्रीज एज एविडेंस बाय वाइटल सैंस एंड लैब रिपोर्ट्स थर्ड हैगा कितों डायगनोज स्टार्ट करना रिस्क फॉर इनफेक्शन ठीक है और इरीटेन रिलेटेड टू स्वैलिंग इन अफेक्टेड एरिया स्किन रैशेज एज एविडेंस बाय परसनल टॉकिंग ठीक है Next, I guess, joint stiffness related to swelling of tissue over the joint, evidence by physical assessment. Fifth, deficient fluid volume related to vomiting and less intake of water, as evidence by input output chart. Sixth, I guess, nutrition imbalance related to body requirement, as evidenced by input output chart and weight loss. Seventh, I guess, fear and anxiety related to necrosis and gangrene, as evidenced by personal talking. ਇਰਥ ਹੈਗਾ ਨੌਲੇਜ ਡੈਫੀਸ਼ੈਂਟ ਰਿਲੇਟਡ ਟੂ ਡਿਸੀਜ਼ ਕੰਡੀਸ਼ਨ ਐਂਡ ਇਟਸ ਟਰੀਟਮੈਂਟ ਐਸ ਐਵਿਡੈਂਸ ਬਾਈ ਪੁੱਟਿੰਗ ਟੂ ਮਨੀ ਕੁਐਸਚਨਸ ਬਾਈ ਦਾ ਪੇਸ਼ੈਂਟ ਐਂਡ ਇਟਸ ਫੈਮਿਲੀ ਮੈਂਬਰਸ ਸੋ ਫਰੈਂਡਸ ਇਸੀਗ ਸਾਡੇ ਨਰਸਿੰਗ ਡਾਇਗਨੋਸ ਇਹਨਾਂ ਨੂੰ ਐਕਸਪਲੇਨ ਕਰਦੇ ਆ ਐਨਸੀਪੀ ਬਣਾਉਨੇ ਆ ਸੋ ਇਹ ਵਾਲਾ ਸਾਡਾ ਫਰਸਟ ਐਨਸੀਪੀ ਹੈਗਾ ਹੈ ਸੋ ਮੈਂ ਰਫਲੀ ਨੋਟਸ ਤਿਆਰ ਕਰੇ ਹੋਏ ਆ ਠੀਕ ਹੈ ਸੋ ਤੁਸੀਂ ਵਧੀਆ ਸੋਹਣਾ ਸੋਹਣਾ ਲਿਖ ਲਿਓ ਜੀ ਇਸ ਦੇ ਵਿੱਚ ਜੋ ਡਾਇਗਨੋਸ ਹੈਗਾ अक्यूट पेन भी लिख सदापा और जो मैं पहला डायगनोज प्रोवाइड करे से मैं लिखा से पेन और टेंडरनैस इन द अफेक्टेड एरिया रिलेटिड टू बैक्टीरियल इनफेक्शन एज एविडेंस बाई फिजिकल एग्जामीनेशन सो तीस उ चक के इत पूरा डायगनोज करना है मैं थोड़ा थोड़ा लिखा है ठीक so, है सो इसमेंट है साबजैक्टिव डाटा पेशेंट सेस ही हैव पेन एट अफेक्टेड एरिया ओबजेक्टिव डाटा हैगा इनफ्लमेन और स्वैलिंग इज़ प्रेजेंट ठीक है प्लानिंग की करेंगे अपन प्रोवाइड कंफर्टेबल पोजीशन टू द पेशेंट यूज कंफर्ट डिवाइस प्रोवाइड हॉट और कोल्ड एप्लीकेशन एट द साइट ऑफ पेन अकॉर्डिंग टू डॉक्टर ऑर्डर ठीक है जिदों डॉक्टर कहेंगे के, के ही आप करना है मेनटेन इनपुट आउटपुट चार्ट प्रोवाइड आई वी गिव मेडिकेशन अकोर्डिंग टू द ऑर्डर ऑफ द डॉक्टर ठीक है ए नर्सिंग ਰਿਸਪੌਂਸਿਬਿਲਟੀ ਹੋ ਗਈ ਨੈਕਸਟ ਹੈਗਾ ਇੰਪਲੀਮੈਂਟੇਸ਼ਨ ਇੰਪਲੀਮੈਂਟੇਸ਼ਨ ਦੇ ਵਿੱਚ ਆਪਾਂ ਕੀ ਕਰਦੇ ਹੁੰਨੇ ਆ ਜੋ ਆਪਾਂ ਪਲੈਨਿੰਗ ਕਰੀਆ ਉਸ ਦੇ ਵਿੱਚ ਆਪਾਂ ਥਰਡ ਫਾਰਮ ਯੂਜ਼ ਕਰਕੇ ਨਾ ਸਾਰੀ ਲਾਈਨ ਅਪ ਉਦਾਂ ਹੀ ਲਿਖ ਦਿੰਦੇ ਜਿੱਦਾਂ ਇੱਥੇ ਪ੍ਰੋਵਾਈਡ ਕੀਤਾ ਇੱਥੇ ਇੰਪਲੀਮੈਂਟੇਸ਼ਨ ਦੇ ਵਿੱਚ ਵੀ ਆਪਾਂ ਲਾਗੂ ਕਰ ਦਿੱਤਾ ਪ੍ਰੋਵਾਈਡਡ ਕੰਫਰਟੇਬਲ ਪੋਜੀਸ਼ਨ ਟੂ ਦਾ ਪੇਸ਼ੀਐਂਟ ਯੂਜ਼ਡ ਕੰਫਰਟ ਡਿਵਾਈਸ ਪ੍ਰੋਵਾਈਡਡ ਹੌਟ ਐਂਡ ਕੋਲਡ ਐਪਲੀਕੇਸ਼ਨਸ ਠੀਕ ਹੈ ਮੇਨਟੇਨਡ ਇਨਪੁਟ ਆਊਟਪੁਟ ਚਾਰਟ ਆਈਵੀ ਫਲੂਇਡਸ ਆਰ 기ਵਨ मेडिकेशन अकॉर्डिंग टू डॉक्टर ऑर्डर इज प्रोवाइड ठीक है अवैल्यूएशन की आ गई आफ्टर नर्सिंग इंप्लीमेंटेशन पेशेंट पेन इज रिड्यूस ठीक है नैक्सट जो साड डायगनोज़ है आप एक्सप्लेन कर दे सो ईवला सैकेंड डायगनोज एक्सप्लेन कर ਸੋ ਇੱਕ ਡਾਇਗਨੋਸ ਨੂੰ ਆਪਾਂ ਦੋ ਨਾਂਵਾਂ ਨਾਲ ਲਿਖ ਸਕਦੇ ਹੁੰਦੇ ਜਿੱਦਾਂ ਕਿ ਹਾਈਪਰਥਰਮੀਆ ਰਿਲੇਟਡ ਟੂ ਮੈਂ ਹਾਫ ਲਿਖਿਆ ਤੁਸੀਂ ਪੂਰਾ ਫੁੱਲ ਲਿਖਣਾ ਹੈ ਇਹਨੂੰ ਆਪਾਂ ਇਨਕਰੀਜ਼ਡ ਬੋਡੀ ਟੈਂਪਰੇਚਰ ਵੀ ਲਿਖ ਸਕਦੇ ਹਾਂ ਠੀਕ ਹੈ ਜੋ ਟਰਮ ਤੁਸੀਂ ਜੇਕਰ ਤੁਸੀਂ ਟਰਮ ਯੂਜ਼ ਕਰ ਰਹੇ ਹੋ ਠੀਕ ਹੈ ਤਾਂ ਉਸ ਦੇ ਨਾਲ ਆਪਣੀ ਜਿਹੜੀ ਜਗ੍ਹਾ ਵੀ ਘਟ ਕੇ ਰਹਿ ਜਾਊਗੀ ਠੀਕ ਹੈ ਸੋ ਇੱਕ ਇਫੈਕਟਿਵ ਵੀ ਲੱਗਦਾ ਹੈ ਠੀਕ ਹੈ ਜੇਕਰ ਤੁਸੀਂ ਹਾਈਪਰਥਰਮੀ ਲਿਖਣਾ ਨਹੀਂ ਹੈਗਾ ਤਾਂ ਤੁਸੀਂ ਇਨਕਰੀਜ਼ਡ ਬੋਡੀ ਟੈਂਪਰੇਚਰ ਵੀ ਲਿਖ ਸਕਦੇ ਹੋ ਇਸ ਦੇ ਵਿੱਚ ਆਪਣਾ ਅਸੈਸਮੈਂਟ ਕੀ ਹੈ ਸਬਜੈਕਟਿਵ ਡਾਟਾ ਪੇਸ਼ੈਂਟ ਸੇਜ਼ ਹੀ ਫੀਲ ਵਾਰਮ ਸਕਿਨ ਐਂਡ ਵੀਕਨੈਸ ਆਬਜੈਕਟਿਵ ਡਾਟਾ ਪੇਸ਼ੈਂਟ ਹੈਵ ਪਾਇਰੇਗਜ਼ੀਆ ਮਤਲਬ ਪੇਸ਼ੈਂਟ ਨੂੰ ਪਾਇਰੇਗਜ਼ੀਆ ਹੈਗਾ ਫੀਵਰ ਹੈਗਾ ਯਾ ਗੋਲ ਕੀ ਆਪਣਾ ਟੂ ਮੇਨਟੇਨ ਬਾਡੀ ਟੈਂਪਰੇਚਰ ਪਲੈਨਿੰਗ ਕੀ ਕਰਾਂਗੇ ਅਸੈਸ ਦਾ ਲੈਵਲ ਆਫ ਕੌਨਸ਼ੀਅਸਨੈਸ ਆਫ ਦਾ ਪੇਸ਼ੈਂਟ ਮੋਨਿਟਰ ਵਾਈਟਲ ਸਾਈਨ ਐਡਮਿਨਿਸਟਰ ਆਈ ਵੀ ਫਲੂਇਡ ਮੇਨਟੇਨ ਇਨਪੁਟ ਆਊਟਪੁਟ ਚਾਰਟ ਪ੍ਰੋਵਾਈਡ ਮੈਡੀਕੇਸ਼ਨ ਐਸ ਪ੍ਰੈਸਕ੍ਰਾਈਬਡ ਪ੍ਰੋਵਾਈਡ ਹੌਟ ਐਂਡ ਕੋਲਡ ਐਪਲੀਕੇਸ਼ਨ ਐਸ ਰਿਕੁਆਇਰਡ प्रोवाइड कम्फर्ट डिवाइस टू प्रोवाइड कम्फर्टेबल पोजिशन ठीक है इंप्लीमेंटेशन उदा ही ठीक है सो इस दिवस मैं लिखी हुई है ठीक है असैसर द लैवल ऑफ कॉन्शियसनेस भी आप कर चुके हैं लागू आप कर दता है पेशेंट ठीक है मोनीटर्ड वाइटलाइन एडमिनिट आईवी फ्लूड मेनटेन इनपुट आउटपुट चार्ट प्रोवाइड मैडिसन प्रोवाइड हॉट एंड कोल्ड एप्लीकेशन प्रोवाइड कम्फर्ट डिवाइसिज ठीक है सो इत प्रोवाइड आऊगा ਸੋ ਇਵੈਲੂਏਸ਼ਨ ਕੀ ਆਪਣੇ ਕੋਲੇ ਆਫਟਰ ਨਰਸਿੰਗ ਇੰਪਲੀਮੈਂਟੇਸ਼ਨ ਪੇਸ਼ੈਂਟਸ ਬੋਡੀ ਟੈਂਪਰੇਚਰ ਇਜ਼ ਮੇਨਟੇਨਡ ਠੀਕ ਹੈ ਇਹ ਸਾਡਾ ਸੀਗਾ ਸੈਕਿੰਡ ਨਰਸਿੰਗ ਕੇਅਰ ਪਰ ਹੁਣ ਆਪਾਂ ਥਰਡ ਐਨਸੀਪੀ ਬਣਾਉਨੇ ਆ ਸੋ ਆਪਣਾ ਥਰਡ ਐਨਸੀਪੀ ਹੈਗਾ ਇਸ ਦੇ ਵਿੱਚ ਮੈਂ ਡਾਇਗਨੋਸ ਹਾਫ ਲਿਖਿਆ ਰਿਸਕ ਫॉर ਇਨਫੈਕਸ਼ਨ ਓਨਲੀ ਤੁਸ ਲਿਖਣਾ ਹੈ ਜੋ ਆਪਾਂ ਪਿੱਛੇ ਡਾਇਗਨੋਸ ਬਣਾਈ ਸੀ ਰਿਸਕ ਫॉर ਇਨਫੈਕਸ਼ਨ ਇਰੀਟੇਸ਼ਨ ਰਿਲੇਟਡ ਟੂ ਸਵੇਲਿੰਗ ਇਨ ਦਾ ਅਫੈਕਟਡ ਏਰੀਆ ਸਕਿਨ ਰੈਸ਼ਸ ਐਵਿਡੈਂਸ ਬਾਈ ਪਰਸਨਲ ਟਾਕਿੰਗ ਠੀਕ ਹੈ ਸਬਜੈਕਟਿਵ ਡਾਟਾ ਇਹਦੇ ਵਿੱਚ पेशेंट सेज ही फील वीकनेस एंड हैविंग एचिज स्किन ऑब्जेक्टिव डाटा स्किन इचिंग एंड सोर आर प्रेजेंट ठीक है डायगनोज अपना रिस्क फॉर इन्फेक्शन गोल कीयर टू प्रिवेंट फ्रॉम प्लानिंग की करेंगे आप ऑबजर्व फॉर साइन ऑफ इन्फेक्शन एंड इन्फ्लामेन प्रमोट गुड हैंड वॉशिंग बाय स्टाफ एंड क्लाइंट मेंटेन एसेप्टिक टेक्निक फॉर आईवी इंसर्शन प्रोसीजर ਠੀਕ ਹੈ ਪ੍ਰੋਵਾਈਡ ਪੈਰੀਨਿਅਲ ਕੇਅਰ ਪ੍ਰੋਵਾਈਡ ਐਂਟੀਬਾਇਟਿਕਸ ਐਜ਼ ਰਿਕੁਆਇਰ ਠੀਕ ਹੈ ਇੰਪਲੀਮੈਂਟੇਸ਼ਨ ਉਹਦਾ ਹੀ ਥਰਡ ਫਾਰਮ ਯੂਜ਼ ਕਰਕੇ ਆਪਾਂ ਲਿਖਣੀ ਆ ਏਵੈਲੂਏਸ਼ਨ ਕੀ ਆ ਰਿਸਕ ਆਫ ਇਨਫੈਕਸ਼ਨ ਇਜ਼ ਰਿਡਿਊਸਡ ਆਫਟਰ ਨਰਸਿੰਗ ਇੰਪਲੀਮੈਂਟੇਸ਼ਨ ਠੀਕ ਹੈ ਇਸੇ ਦਾ ਸਾਡਾ ਥਰਡ ਐਨਸੀਪੀ ਸੋ ਫੋਰਸ ਸਾਡਾ ਹੈਗਾ ਯਾ ਡੈਫੀਸ਼ੀਐਂਟ ਫਲੂਇਡ ਵੋਲਿਊਮ ਵਾਲਾ ਠੀਕ ਹੈ ਸੋ ਫੋਰਥ ਨੂੰ ਮੈਂ ਸਕਿਪ ਕਰਕੇ ਮੈਂ ਫਿਫਥ ਲਿਖਵਾਇਆ ਹੋਇਆ ਜੋ ਫਿਫਥ ਇਹ ਵਾਲਾ ਹੈਗਾ ਡੈਫਿਸ਼ੀਟ ਫਲੂਇਡ ਵੋਲਿਊਮ ਇਹ ਕਾਮਨ ਹੀ ਹੈਗਾ ਤੁਸੀਂ ਹੋਰ ਡਿਸੀਜ਼ ਕੰਡੀਸ਼ਨਸ ਦੇ ਵਿੱਚ ਵੀ ਲਿਖ ਸਕਦੇ ਆ ਸੋ ਤੁਹਾਨੂੰ ਸੌਖਾ ਹੋ ਜਾਊਗਾ ਸੋ ਮੈਂ ਇਹ ਵਾਲਾ ਐਡ ਕਰਿਆ ਇਸ ਦੇ ਵਿੱਚ ਸਾਡੇ ਕੋਲ ਸਬਜੈਕਟਿਵ ਡਾਟਾ ਕੀ ਹੈ ਪੇਸ਼ੈਂਟ ਸੇਜ਼ ਥੈਟ ਹੀ ਹੈਵ ਡਰਾਈ ਮਾਊਥ ਐਂਡ ਡਰਾਈ ਸਕਿਨ ਆਬਜੈਕਟਿਵ ਡਾਟਾ ਰਿਸਕ ਆਫ ਡੀਹਾਈਡਰੇਸ਼ਨ ਐਂਡ ਫਲੂਇਡ ਵੋਲਿਊਮ ਇਜ਼ ਲੋ ਡਾਇਗਨੋਸਿਸ ਰਿਸਕ ਫਾਰ ਫਲੂਇਡ ਵੋਲਿਊਮ ਯੂ ਆਰ ਆਪਾ ਲਿਖ ਸਕਦੇ ਆ ਡੈਫਿਸ਼ੀਟ ਫਲੂਇਡ ਵੋਲਿਊਮ गोल की है मेनटेन फ्लू वॉल्यूम ठीक है प्लानिंग की करा ऑबटेन हिस्ट्री रिलेटेड टू ड्यूरेशन ऑफ सिम्टम्स मॉनिटर वाइटल साइंस मॉनिटर इनपुट एंड आउटपुट चार्ट मेंटेन आईवी वी फ्लूड इनटेक एट लिस्ट ठीक है एडमिनिस्टर आईवी वी फ्लूड एडमिनिस्टर आई इंसुलिन एंड मॉनिटर इफेक्टिवनेस ऑफ इंसुलिन थ्रो फिंगर स्टिक ग्लूकोज टेस्ट एवरी थ्री टू थर्टी मिनट ठीक है ये ਉਹਨਾਂ ਪੇਸ਼IENTS ਦੇ ਵਿੱਚ ਆਪਾਂ ਕਰਾਂਗੇ ਜਿਨ੍ਹਾਂ ਨੂੰ ਡਾਇਬੀਟਿਸ ਮਾਈਲਾਈਟਸ ਹੈਗਾ ਹੈ ਠੀਕ ਹੈ ਜੇਕਰ ਡਾਇਬੀਟਿਸ ਮਾਈਲਾਈਟਸ ਪੇਸ਼ੈਂਟ ਨੂੰ ਹੈਗਾ ਤਾਂ ਤੁਸੀਂ ਇਹ ਵਾਲਾ ਪੁਆਇੰਟ ਐਡ ਕਰਨਾ ਹੈ ਅਦਰਵਾਈਜ਼ ਤੁਸੀਂ ਪੁਆਇੰਟ ਇਹ ਵਾਲਾ ਐਡ ਨਹੀਂ ਕਰਨਾ ਹੈ ਠੀਕ ਹੈ ਇੰਪਲੀਮੈਂਟੇਸ਼ਨ ਕੀ ਹੈ ਉਦਾਂ ਹੀ ਠੀਕ ਹੈ ਓਬਟੇਨਡ ਹਿਸਟਰੀ ਮੋਨਿਟਰ ਵਾਈਟਲ ਸਾਈਨ ਮੋਨਿਟਰ ਇਨਪੁਟ ਆਊਟਪੁਟ ਚਰ ਮੇਨਟੇਨਡ ਫਲੂਇਡ ਇਨਟੇਕ ਈਵੈਲੂਏਸ਼ਨ ਕੀ ਹੈ ਆਫਟਰ ਨਰਸਿੰਗ ਇੰਪਲੀਮੈਂਟੇਸ਼ਨ ਪੇਸ਼IENTS ਫਲੂਇਡ ਵੋਲਿਊਮ ਇਜ਼ ਮੇਨਟੇਨਡ ਠੀਕ ਹੈ तो NCP सो फिफ साडा पी हैगा इमबैलेंस न्यूट्रिशन लैस एंड बॉडी रिक्वायरमेंट सो तीस पूरा डायगनोज लिखना है असैसमेंट की करों सबजैक्टिव डाटा पेशेंस सेज दैट ही फील वेरी वीक एंड लॉस ऑफ एपीटाइट ऑबजेक्टिव डाटा डायटरी पैटर्न इज इम्पेयरड डायगनोज हैगा इमबैलेंसड न्यूट्रीशन ठीक है गोल हैगा इम्प्रूविंग न्यूट्रिशनल इनटेक आप प्लानिंग की करा असैसद पेशन फॉर हाइपोगलाइसीमिया अस्कलटेट बाबल साउंडस ਪ੍ਰੋਵਾਈਡ ਲਿਕਵਰ ਕੰਟੇਨਿੰਗ ਨਿਊਟ੍ਰੀਐਂਟਸ ਐਂਡ ਇਲੈਕਟ੍ਰੋਲਾਈਟਸ ਮੋਨੀਟਰ ਵਾਈਟਲ ਸਾਈਨ ਮੋਨੀਟਰ ਇਨਪੁਟ ਆਊਟਪੁਟ ਚਾਰਟ ਮੇਨਟੇਨ ਡਾਈਟਰੀ ਪੈਟਰਨ ਠੀਕ ਹੈ ਇੰਪਲੀਮੈਂਟੇਸ਼ਨ ਉਦਾਂ ਹੀ ਥਰਡ ਫਾਰਮ ਯੂਜ਼ ਕਰਕੇ ਆਪਾਂ ਲਿਖਣਾ ਹੈਗਾ ਇਵੈਲੂਏਸ਼ਨ ਕੀ ਹੈ ਆਫਟਰ ਨਰਸਿੰਗ ਇੰਟਰਵੈਂਸ਼ਨ ਪੇਸ਼IENTS ਨਿਊਟ੍ਰੀਸ਼ਨਲ ਸਟੇਟਸ ਇਜ਼ ਇੰਪਰੂਵਡ ਫਰੈਂਡਸ ਇਸ ਇਸੇ ਕੇ ਸਾਡੀ ਅੱਜ ਦੀ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਥੈਂਕ ਯੂ ਜੋ ਸਟੂਡੈਂਟ ਨੇ ਕਮੈਂਟ ਕਰਿਆ ਸੀ ਹੋਰ ਵੀ ਉਹਨਾਂ ਨੂੰ NCP ਚਾਹੀਦੇ ਸੀ NCP ਸੀਗਾ ਹੇਟ ਸਟਾਕ ਐਂਡ ਕਨਸਟੀਟਿਊਸ਼ਨ ਸੋ ਉਹਨਾਂ ਵੀਡੀਓਜ਼ ਦੀ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰ ਦੂੰਗੀ ਇੱਕ-ਇੱਕ ਕਰਕੇ ਮੈਂ ਵੀਡੀਓ ਜੋ ਅਪਲੋਡ ਕਰੂੰਗੀ ਜਰੂਰ ਤੁਸੀਂ ਦੇਖਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ